ਢਿੱਡ ਗਾ ਪਹਿਲਾਂ ਤੋਂ ਰੋਂਦਾ ਪਹਿਲਾਂ ਕੁੱਡਾ ਢਿੱਡ ਹੋਈ ਜਾਂਦਾ ਦਿਲੋਂ ਦਿਨ ਇਹਨਾਂ ਦਾ। ਅੱਜ ਆਪਾਂ ਮੰਮੀ ਨੂੰ ਲੈ ਕੇ ਜਾ ਰਹੇ ਹਾਂ ਸਿਟੀ ਤੇ ਮੰਮੀ ਨੂੰ ਟ੍ਰੇਨ ਦੇ ਵਿੱਚ ਸਫ਼ਰ ਕਰਾਉਣੇ ਆ। ਵੇਖੀਏ ਸੀ ਨਾ ਰਾਤੀ ਬਿਲਡਿੰਗਾਂ ਹਨੇਰੇ 'ਚ ਐਡਾ ਵੱਡਾ ਮੁਰਗਾ ਇੰਡੀਆ ਹੈਗਾ। ਹਾਂਜੀ ਗਾਇਜ਼, ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ 'ਤੇ। ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ। ਸੋ ਅੱਜ ਆਪਾਂ ਗੱਲ ਕਰਦੇ ਹਾਂ ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਦੀ। ਸੋ ਅੱਜ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ, ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ 'ਤੇ। ਸੋ ਅੱਜ ਜਿੱਦਾਂ ਕਿ ਉਹਨਾਂ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ 'ਤੇ। ਸੋ ਅੱਜ ਆਓ ਤੁਹਾਨੂੰ ਦਿਖਾਉਂਦੇ ਹਾਂ ਸਟੋਰੀ। ਗਾਇਜ਼, ਵੀਡੀਓ ਨੂੰ ਐਡ ਤੱਕ ਜ਼ਰੂਰ ਦੇਖਿਓ। ਸਮਝ ਨਹੀਂ ਆਉਂਦੀ ਤੈਨੂੰ? ਬਦਤਮੀਜ਼ ਜੀ, ਚੱਲ ਅੱਗੇ ਚੱਲ, ਅੱਗੇ ਪਾਣੀ ਪੀ ਜਾ ਕੇ। ਇੱਧਰ ਨਹੀਂ, ਇੱਧਰ ਨਹੀਂ, ਇਹਨੇ ਮਾੜੀਆਂ ਐਜੂਕੇਟਡ ਘੱਟ ਆ, ਸਮਝਾਉਣੀਆਂ ਪੈਂਦੀਆਂ। ਤਿੰਨ ਤਾਂ ਤੂੰ ਹੀ ਖੋਲਤੀਆਂ ਤੇ ਮਿਸਤਰੀ ਨੇ ਕਿੱਥੇ ਖੋਲ ਕੇ ਲਿਆਉਣੀਆਂ? ਲੈ ਸਿੰਗਾਂ ਤੋਂ ਫੜ ਫੜ ਲਈ ਆਉਂਦਾ ਮੈਨੂੰ ਮਿਸਤਰੀ ਵੇਲਾ, ਸਾਰੇ ਕੰਮ ਕਰ ਲੈਂਦਾ, ਕਹਿੰਦਾ ਮੈਂ ਵੀ ਪਾਣੀ ਪੀਉਣਾ ਯਾਰ। ਇਹ ਆ ਡਾਊਨ ਟੂ ਅਰਥ ਤੇ ਹੁੰਦਾ ਕਿ ਮੂੰਹ ਪਿਆ, ਮੂੰਹ ਪਿਆ ਲਈ ਹਰੀ। ਹਾਂ, ਇਹ ਇਹਨੂੰ ਧੱਕੀ ਜਾਣਾ, ਕੱਢਣਾ ਵੀ ਹੁਣ, ਕੱਢ ਬਾਹਰ, ਇਹਨੂੰ ਕੱਢ, ਇਹਨੂੰ ਬਾਹਰ ਹੋਣਾ, ਕੱਢ ਇਹਨੂੰ ਬਾਹਰ ਹੋਣਾ। ਦੱਸ ਉਹ ਖਾਲੀ ਦਾ ਖਾਲੀ ਗਲਾ, ਫਿਰ ਖਾਲੀ ਦਾ ਖਾਲੀ ਵੇਲਾ। ਇੱਥੇ ਮਹਾਂਪੁਰਚ ਤਗੜੇ ਨੇ, ਉਹ ਜਵਾਕ ਵੀ ਸਾਰਾ ਪਿਉਂਦਾ। ਲੈ ਲੈ ਮਿੱਤਰੋ, ਮੱਕੀ ਦਾ ਫੁੱਲ ਤਿਆਰ ਹੋਈ ਪਈ ਆ। ਸੱਤ 800 ਬੰਦਾ ਇਕੱਠਾ ਹੀ ਤੁਰਿਆ ਹੁੰਦਾ ਢਿੱਡ ਦੇ ਵਿੱਚ ਹੈਂ। ਇਹ ਤਾਂ ਗੁੜੀਆ ਕਿਚਨਾਂ ਦੀ ਕਿਚਨ ਲਗਾ ਦੀ ਢਿੱਡ ਗਾ ਯਾਰ, ਪਹਿਲਾਂ ਤੁਰਿਆ ਹੁੰਦਾ ਪਹਿਲਾਂ ਕੁੱਡਾ ਢਿੱਡ ਹੋਈ ਜਾਂਦਾ ਦਿਲੋਂ ਦਿਨ ਇਹਨਾਂ ਦਾ। ਬਾਲਾ ਵੀ ਸ਼ਰਮ ਵਾਲਾ, ਕਿਵੇਂ ਮੱਝ ਜੀ ਬਣੀ ਆਉਂਦੀ। ਅੱਜ ਆਪਾਂ ਮੰਮੀ ਨੂੰ ਲੈ ਕੇ ਜਾ ਰਹੇ ਹਾਂ ਸਿਟੀ ਤੇ ਮੰਮੀ ਨੂੰ ਟ੍ਰੇਨ ਦੇ ਵਿੱਚ ਸਫ਼ਰ ਕਰਾਉਣੇ ਆ। ਮੰਮੀ ਦਾ ਪਹਿਲਾ ਸਫ਼ਰ ਆ ਇਹ ਟ੍ਰੇਨ ਦੇ ਵਿੱਚ। ਇਸ ਤੋਂ ਪਹਿਲਾਂ ਇੰਡੀਆ ਦੇ ਵਿੱਚ ਮੰਮੀ ਨੇ ਟ੍ਰੇਨ ਦਾ ਸਫ਼ਰ ਕੀਤਾ ਹੋਇਆ ਵਾ, ਉਹ ਵੀ ਜਦੋਂ ਇਹ ਹਜ਼ੂਰ ਸਾਹਿਬ ਗਿਆ। ਤੇ ਮੰਮੀ ਇੱਥੋਂ ਦੀ ਇੱਥੋਂ ਦੀ ਟ੍ਰੇਨ ਦਾ ਤੇ ਉੱਥੋਂ ਦੀ ਟ੍ਰੇਨ ਦੇ ਫਰਕ 'ਚ ਕੀ ਫਰਕ ਆ ਦੋਨਾਂ ਟ੍ਰੇਨਾਂ 'ਚ? ਇੱਥੋਂ ਦੀਆਂ ਟ੍ਰੇਨਾਂ ਜ਼ਿਆਦਾ ਵਧੀਆ ਨਹੀਂ, ਸਾਫ਼ ਸੁਥਰੀਆਂ ਨੇ? ਉੱਥੋਂ ਦੀਆਂ ਸਾਫ਼ ਸੁਥਰੀਆਂ ਹੁੰਦੀਆਂ ਨਹੀਂ? ਉਹ ਕਿਸੇ ਨੇ ਵੈਸੇ ਕਚਰਾ ਸੁੱਟਤਾ। ਵੈਸੇ ਸਾਡੀਆਂ ਟ੍ਰੇਨਾਂ ਬਹੁਤ ਸਾਫ਼ ਸੁਥਰੀਆਂ, ਤੁਸੀਂ ਇਹ ਦੇਖੋ। ਨਹੀਂ ਬੇਟਾ, ਇਹ ਇਹਨਾਂ ਦੀ ਡਿਜ਼ਾਈਨਿੰਗ ਆ। ਪ੍ਰਭ ਨੂੰ ਤੁਹਾਨੂੰ ਕਿੱਦਾਂ ਦਾ ਲੱਗਦਾ ਟ੍ਰੇਨ ਤੇ? ਤੁਸੀਂ ਤਾਂ ਪਹਿਲੀ ਵਾਰੀ ਬੈਠੇ ਆ। ਖਾਸ ਨਹੀਂ ਗਾ, ਤੁਹਾਨੂੰ ਤਾਂ ਕੁਛ ਖਾਸ ਨਹੀਂ ਲੱਗਦਾ, ਇੰਡੀਆ ਨਾਲੋਂ ਤਾਂ ਵਧੀਆ ਹੀ ਆ। ਤੇ ਇੰਡੀਆ ਜ਼ਿਆਦਾ ਵਧੀਆ ਹਨਾ, ਇੰਡੀਆ ਦੀ ਫਰੀਡਮ ਆਪਣੀ ਹਨਾ ਮੰਮੀ? ਮੰਮੀ ਕਿੱਦਾਂ ਦਾ ਲੱਗ ਰਿਹਾ ਹੁਣ ਤੈਨੂੰ? ਹੈਂ, ਵੇਖੀਏ ਸੀ ਨਾ ਰਾਤੀ ਬਿਲਡਿੰਗਾਂ ਹਨੇਰੇ ਚ, ਹੁਣ ਕਿਵੇਂ ਦੀਆਂ ਲੱਗਦੀਆਂ? ਮੰਮੀ ਐਡਾ ਵੱਡਾ ਮੁਰਗਾ ਇੰਡੀਆ ਹੈਗਾ। ਮੰਮੀ ਸਾਰੇ ਜਾਣੇ ਪੁੱਛੀ ਜਾਂਦੇ ਆ ਕਿ ਮਾਤਾ ਵੀਲਚੇਅਰ ਤੇ ਕਾਹਤੋਂ ਆ, ਤੇ ਆਪਾਂ ਵੀ ਦੱਸਣਾ ਕਿ ਵੀਲਚੇਅਰ ਤੇ ਮਾਤਾ ਇਸ ਕਰਕੇ ਆ ਕਿਉਂਕਿ ਇੰਡੀਆ ਦੇ ਵਿੱਚ ਤਾਂ ਮਾਤਾ ਜਿਹੜਾ ਸੀ ਘਰੇ ਘਰੇ ਰਹਿੰਦੀ ਸੀ, ਤੇ ਜੇ ਬਾਹਰ ਕਿਤੇ ਜਾਣਾ ਹੁੰਦਾ ਸੀ ਤੇ ਮੰਮੀ ਨੂੰ ਬ੍ਰਦਰੀ ਹਰ ਕਿਤੇ ਲੈ ਜਾਂਦੇ ਸੀਗੇ, ਗੱਡੀ ਤੇ ਜਾਣਾ ਹੁੰਦਾ ਸੀਗਾ, ਤੇ ਇੱਥੇ ਕਿਉਂਕਿ ਇੱਥੇ ਤੁਰਨਾ ਬਹੁਤ ਪੈਂਦਾ, ਤੇ ਜਿਵੇਂ ਸੀ ਹਾਂ, ਤੇ ਇਸ ਕਰਕੇ ਵੀਲਚੇਅਰ ਤੇ ਆ।
ਇਸ ਕਰਕੇ ਵੀਲ ਚੇਅਰ ਲਈ ਕਿਉਂਕਿ ਗੋਡੇ ਬਹੁਤ ਦੁਖਦੇ ਆ ਮੰਮੀ ਦੇ। ਹਾਂਜੀ ਗਾਇਜ਼ ਤੁਸੀਂ ਦੇਖ ਲਈ ਹੋਣੀ ਸਟੋਰੀ ਗਾਇਜ਼, ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।